ਮਿਨਿਸਟਰ ਸੋਮ ਪ੍ਰਕਾਸ਼ ਜਿਹੜੇ ਨੇ ਲੁਧਿਆਣਾ ਪਹੁੰਚੇ ਜਿੱਥੇ ਕਿ ਸਰਕਿਟ ਹਾਊਸ ਦੇ ਵਿੱਚ ਉਹਨਾਂ ਦੇ ਵੱਲੋਂ ਕਾਰੋਬਾਰੀਆਂ ਦੇ ਨਾਲ ਵਪਾਰੀਆਂ ਦੇ ਨਾਲ ਇੱਕ ਮੀਟਿੰਗ ਕੀਤੀ ਗਈ ਤੇ ਇਸ ਮੀਟਿੰਗ ਦੇ ਵਿੱਚ ਵਪਾਰੀਆਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਜਿਹੜੀਆਂ ਨੇ ਸੁਣੀਆਂ ਗਈਆਂ। ਇੰਨਾ ਹੀ ਨਹੀਂ ਆਸ਼ਵਾਸਨ ਵੀ ਦਿੱਤਾ ਗਿਆ ਕਿ ਉਹਨਾਂ ਦੀਆਂ ਮੁਸ਼ਕਲਾਂ ਦਾ ਹੱਲ ਜਿਹੜਾ ਜ਼ਰੂਰ ਹੀ ਕੱਢਿਆ ਜਾਏਗਾ। ਤਾਂ ਦੇਖਿਆ ਜਾ ਸਕਦਾ ਸੀ ਕਿ ਜਿਹੜੇ ਵਪਾਰੀ ਨੇ ਉਹਨਾਂ ਦੇ ਵੱਲੋਂ ਇਹ ਕਿਹਾ ਗਿਆ ਸੀ ਕਿ ਜੇਕਰ ਉਹਨਾਂ ਦੀਆਂ ਗੱਲਾਂ ਜਿਹੜੀਆਂ ਨੇ ਨਹੀਂ ਸੁਣੀਆਂ ਗਈਆਂ, ਮੀਟਿੰਗ ਨਾ ਕੀਤੀ ਗਈ ਤਾਂ ਉਹਨਾਂ ਦੇ ਵੱਲੋਂ 1 ਮਾਰਚ ਨੂੰ ਰੇਲਵੇ ਟਰੈਕ ਜਿਹੜੇ ਨੇ ਜਾਮ ਕਰ ਦਿੱਤੇ ਜਾਣਗੇ। ਤੇ ਜਿਸ ਦੇ ਮਗਰੋਂ ਹੀ ਜਿਹੜੇ ਕੇਂਦਰੀ ਮੰਤਰੀ ਨੇ ਸੋਮ ਪ੍ਰਕਾਸ਼ ਲੁਧਿਆਣਾ ਪਹੁੰਚੇ, ਸਰਕਿਟ ਹਾਊਸ ਦੇ ਵਿੱਚ ਇੱਕ ਮੀਟਿੰਗ ਕੀਤੀ ਗਈ ਤੇ ਇਸ ਮੀਟਿੰਗ ਦੇ ਵਿੱਚ ਬੀਜੇਪੀ ਦੇ ਆਗੂ, ਇਸ ਦੇ ਨਾਲ ਹੀ ਲੁਧਿਆਣਾ ਦੇ ਵਪਾਰੀ ਤੇ ਨਾ ਸਿਰਫ ਲੁਧਿਆਣਾ ਤੋਂ ਬਲਕਿ ਪੂਰੇ ਪੰਜਾਬ ਤੋਂ ਵਪਾਰੀ ਜਿਨ੍ਹਾਂ ਨੂੰ ਵੱਖ ਵੱਖ ਮੁਸ਼ਕਲਾਂ ਆ ਰਹੀਆਂ ਸੀ ਉਹ ਸਾਰੇ ਜਿਹੜੇ ਨੇ ਇਸ ਮੀਟਿੰਗ ਦਾ ਹਿੱਸਾ ਬਣੇ। ਤੇ ਜਿਹੜੇ ਕੇਂਦਰੀ ਮੰਤਰੀ ਨੇ ਉਹਨਾਂ ਦੇ ਵੱਲੋਂ ਆਸ਼ਵਾਸਨ ਦਿੱਤਾ ਗਿਆ ਕਿ ਮੁਸ਼ਕਲਾਂ ਦਾ ਹੱਲ ਜਿਹੜਾ ਜ਼ਰੂਰ ਹੀ ਕੱਢਿਆ ਜਾਏਗਾ। ਦਿੱਲੀ ਦੇ ਵਿੱਚ ਬੈਠਕ ਕੀਤੀ ਜਾਏਗੀ ਤੇ ਬੈਠਕ ਕਰਨ ਦੇ ਲਈ ਲੁਧਿਆਣਾ ਤੋਂ 5 ਮੈਂਬਰ ਜਿਹੜੇ ਨੇ, 5 ਮੈਂਬਰਾਂ ਦੀ ਇੱਕ ਕਮੇਟੀ ਜਿਹੜੀ ਹੈ ਦਿੱਲੀ ਦੇ ਵਿੱਚ ਪਹੁੰਚੇਗੀ ਜਿੱਥੇ ਕਿ ਉਹਨਾਂ ਦੇ ਵੱਲੋਂ ਮੀਟਿੰਗ ਕਰਕੇ ਇਹਨਾਂ ਸਾਰੀਆਂ ਮੁਸ਼ਕਲਾਂ ਦਾ ਹੱਲ ਵੀ ਜਿਹੜਾ ਜ਼ਰੂਰ ਹੀ ਕੱਢਿਆ ਜਾਏਗਾ। ਪਰ ਇਹ ਗੱਲ ਜਿਹੜੀ ਹੈ ਫਿਲਹਾਲ ਦੇ ਲਈ ਸਾਫ਼ ਨਹੀਂ ਹੋਈ ਕਿ ਹੁਣ ਇਸ ਮੀਟਿੰਗ ਦੇ ਮਗਰੋਂ ਜਿਹੜਾ ਰੇਲਵੇ ਟਰੈਕ ਜਾਮ ਕਰਨ ਦਾ ਪ੍ਰੋਗਰਾਮ ਸੀ ਵਪਾਰੀਆਂ ਦਾ ਉਹ ਜਾਰੀ ਹੈ ਜਾਂ ਫਿਰ ਉਸਨੂੰ ਰੱਦ ਕਰ ਦਿੱਤਾ ਗਿਆ। ਕਾਰੋਬਾਰੀਆਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਦੇ ਮਗਰੋਂ ਕਾਮਰਸ ਐਂਡ ਇੰਡਸਟਰੀ ਮਿਨਿਸਟਰ ਸੋਮ ਪ੍ਰਕਾਸ਼ ਜਿਹੜੇ ਨੇ ਲੁਧਿਆਣਾ ਪਹੁੰਚੇ। 43 ਜਿਹੜਾ ਵਾ ਬੀ ਆ, ਕਿਉਂਕਿ ਉਹਦੇ ਵਿੱਚ ਸਭ ਨੂੰ ਸ਼ਾਮਿਲ ਨਹੀਂ ਕੀਤਾ, ਪਿੱਕ ਐਂਡ ਚੂਜ਼ ਕਰ ਲਿਆ, ਜਿਹਦੇ ਨਾਲ ਛੋਟੀ ਇੰਡਸਟਰੀ ਨੂੰ ਪਿੱਕ ਕਰਕੇ ਬਹੁਤ ਤਬਾਹੀ ਵਾਲੇ ਕਗਾਰ ਦੇ ਉੱਤੇ ਪਹੁੰਚਾ ਤਾ। ਇਸ ਵੇਲੇ ਕੋਈ ਵੀ MSME ਤੋਂ ਮਾਲ ਖਰੀਦਣ ਲਈ ਤਿਆਰ ਨਹੀਂ ਹੈਗਾ। ਦੂਸਰੇ ਮਸਲੇ ਆਏ ਮਿਨੀਮਮ ਇੰਪੋਰਟ ਪ੍ਰਾਈਸ ਦੇ। ਅੱਜ ਜਿਹੜਾ ਪ੍ਰੋਡਕਟ ਆ ਉਹ ਰੋ ਮਟੀਰੀਅਲ ਦੇ ਰੇਟ ਤੋਂ ਥੱਲੇ ਵਿਕ ਰਿਹਾ, ਕਿਉਂਕਿ ਸਰਕਾਰ ਦੀ ਯੂਨੀਫੋਰਮ ਪਾਲਿਸੀ ਨਹੀਂ ਹੈਗੀ। ਯੂਨੀਫੋਰਮ ਪਾਲਿਸੀ ਦੀ ਲੋੜ ਆ। ਅੱਜ ਜਿਹੜੇ ਰੋ ਮਟੀਰੀਅਲ ਆ ਉਹ ਜਿਹੜਾ ਅਸੀਂ ਪ੍ਰੋਡਕਟ ਬਣਾਉਣਾ ਰੋ ਮਟੀਰੀਅਲ 'ਚੋਂ ਬਣਾਉਣਾ ਵਾ, ਜੇ ਸਾਡਾ ਪ੍ਰੋਡਕਟ ਹੀ ਰੋ ਮਟੀਰੀਅਲ ਤੋਂ ਥੱਲੇ ਵਿਕੇਗਾ ਕਿਸ ਤਰ੍ਹਾਂ ਇੰਡਸਟਰੀ ਚੱਲ ਪਾਏਗੀ? ਸੋ ਮੰਤਰੀ ਜੀ ਦੇ ਨਾਲ ਇਹ ਪੁਆਇੰਟਸ ਡਿਸਕਸ ਕੀਤੇ ਆ ਅਤੇ ਉਹਨਾਂ ਨੇ ਆਸ਼ਵਾਸਨ ਦਿੱਤਾ ਕਿ ਬਹੁਤ ਜਲਦੀ ਇਹਦਾ ਮਸਲਾ ਹੱਲ ਕਰਕੇ ਦਿੱਤਾ ਜਾਏਗਾ। ਅੱਜ ਕੇਂਦਰੀ ਮੰਤਰੀ ਨਾਲ ਮੀਟਿੰਗ ਹੋਈ, ਕਿਸ ਤਰ੍ਹਾਂ ਦਾ ਆਸ਼ਵਾਸਨ ਦਿੱਤਾ ਗਿਆ, ਕੀ ਕੀ ਮੁਸ਼ਕਲਾਂ ਜਿਹੜੀਆਂ ਨੇ ਰੱਖੀਆਂ ਗਈਆਂ? ਹਾਂਜੀ, ਸਤਿ ਸ਼੍ਰੀ ਅਕਾਲ ਜੀ। ਅੱਜ ਬੜੀ ਅੱਛੀ ਮੀਟਿੰਗ ਅਟੈਂਡ ਹੋਈ ਹੈ ਔਰ ਪੂਰੀ ਉਮੀਦ ਕਰਦੇ ਹਾਂ ਜਿਹੜੇ ਮਸਲੇ ਸਾਡੇ, ਜਿਹੜਾ ਬਰਨਿੰਗ ਇਸ਼ੂ ਆ 43BH ਦਾ ਔਰ ਚਾਈਨਾ ਦੀ ਜਿਹੜੇ ਇੰਪੋਰਟ ਹੋ ਰਹੀ ਹੈ ਜਿਹਦੇ 'ਤੇ ਮਿਨੀਮਮ ਪ੍ਰਾਈਸ ਫਿਕਸ ਦੀ ਗੱਲ ਹੋਈ ਹੈ ਔਰ ਇਸ ਤੋਂ ਇਲਾਵਾ ਹੋਰ ਵੀ ਇੰਡਸਟਰੀ ਰਿਲੇਟਡ ਮੁਸ਼ਕਲਾਂ ਨੇ ਜਿਹੜੇ ਮਸਲੇ ਹੋਏ ਨੇ, ਮੀਟਿੰਗ ਦੇ ਵਿੱਚ ਪੂਰੇ ਤਰੀਕੇ ਮੰਤਰੀ ਸਾਹਿਬ ਨਾਲ ਗੱਲ ਕਰਕੇ ਦੱਸਿਆ ਗਿਆ ਵੀ ਇਹ ਸਮੱਸਿਆਵਾਂ ਆ ਰਹੀਆਂ ਨੇ ਔਰ ਇਹ ਮੁਸ਼ਕਲਾਂ ਆਉਣਗੀਆਂ ਜੇ 43BH ਲੱਗੇਗਾ, ਕਿਉਂਕਿ MSME ਇੰਡਸਟਰੀ ਉਸ ਤਰੀਕੇ ਨਾਲ ਤਿਆਰ ਨਹੀਂ ਹੋਈ ਹੋਈ ਹੈ ਜੀ। ਇਸ ਕਰਕੇ ਅਸੀਂ ਪੂਰੀ ਰਿਕੁਐਸਟ ਕੀਤੀ ਹੈ ਔਰ ਉਮੀਦ ਕਰਦੇ ਹਾਂ ਇਹ ਸਰਕਾਰ ਜਿਹੜੀ ਹੈ ਇਹ ਸਾਡੀ ਸਭ ਦੀ ਆਪਣੀ ਸਰਕਾਰ ਹੈ ਔਰ ਇਹਦਾ ਜ਼ਰੂਰ ਅੱਛਾ ਨਤੀਜਾ ਨਿਕਲੇਗਾ। ਅੱਜ ਲੁਧਿਆਣੇ ਦੀਆਂ ਵੱਖ ਵੱਖ ਐਸੋਸੀਏਸ਼ਨ ਇੰਡਸਟਰੀ ਦੀਆਂ ਉਹਨਾਂ ਨਾਲ ਮੀਟਿੰਗ ਕੀਤੀ, ਉਹਨਾਂ ਦੀ ਕਈ ਡਿਮਾਂਡਸ ਨੇ, ਜਿਹੜਾ ਟੈਕਸ ਦੀ ਪ੍ਰੋਬਲਮ 45 ਦਿਨਾਂ ਦੀ ਪੇਮੈਂਟ ਦੀ MSME ਵੱਲੋਂ ਅਤੇ ਦੂਸਰਾ ਚਾਈਨਾ ਤੋਂ ਜਿਹੜਾ ਮਾਲ ਇੰਪੋਰਟ ਹੋ ਰਿਹਾ ਘੱਟ ਦੀ ਲਏਗੀ ਔਰ ਇਹਨਾਂ ਨੂੰ ਦੱਸਿਆ ਜੋ ਵੀ ਤੁਸੀਂ
ਰਿਪ੍ਰਜੈਂਟੇਸ਼ਨ ਠੀਕ ਤਰ੍ਹਾਂ ਬਣਾ ਕੇ ਦਿਓ। ਦੇ ਆਰ ਵੈਲਕਮ ਟੂ ਮੀਟ ਮੀ ਐਟ ਦਿੱਲੀ, ਜਦੋਂ ਮਰਜ਼ੀ ਮੇਰੇ ਕੋਲ ਆ ਕੇ ਮਿਲਣ, ਔਰ ਕੋਸ਼ਿਸ਼ ਕਰਾਂਗੇ ਇਹਨਾਂ ਦੀਆਂ ਸਾਰੀਆਂ ਸਮੱਸਿਆਵਾਂ ਦੂਰ ਕਰ ਸਕਦੇ। ਸਰ, ਟੈਕਸਟਾਈਲ ਵਾਲਿਆਂ ਨੇ ਪਿਛਲੇ ਵਾਰੀ ਸੂਰਤ ਵਾਲਿਆਂ ਨੇ ਇੱਕ ਰਿਟਨ 'ਚ ਮੇਲ ਪਾਈ ਸੀ, ਉਹਨਾਂ ਨੇ PMO ਤੱਕ ਪਾਈ ਸੀ, ਔਰ ਤੁਸੀਂ ਵੀ ਜ਼ਿਕਰ ਕੀਤਾ ਸੀਗਾ ਕਿ ਮੇਰੇ ਤੋਂ ਪਹਿਲਾਂ ਤਾਂ ਉੱਪਰ ਤੱਕ ਪਹੁੰਚ ਚੁੱਕੀ ਹੈ, ਉਹਦੇ 'ਤੇ ਵੀ ਅੱਜ ਤੱਕ ਐਕਸ਼ਨ ਨਹੀਂ ਹੋਇਆ, ਉਹੀ ਮੰਗ ਅੱਜ ਇੱਕ ਸਾਲ ਬਾਅਦ ਫਿਰ ਦੁਬਾਰਾ ਉੱਠੀ ਹੈ, ਇਹਦਾ ਮਤਲਬ ਇੱਕ ਸਾਲ 'ਚ ਪਤਾ ਹੀ ਨਹੀਂ ਲੱਗਿਆ ਸਰਕਾਰ ਨੂੰ? ਸਰਕਾਰ ਨੂੰ ਸਭ ਚੀਜ਼ ਦਾ ਪਤਾ ਹੈ ਜੀ, ਜਿਹੜੀ ਚੀਜ਼ ਦੱਸਣਗੇ ਬੈਠ ਕੇ ਐਸੋਸੀਏਸ਼ਨ ਇਹਨਾਂ ਦੀਆਂ ਬੈਠ ਕੇ ਸਰਕਾਰ ਡਿਸਕਸ ਕਰੇ, ਕਈ ਚੀਜ਼ ਆਪਾਂ ਗੱਲ ਕਹਿ ਦਿੰਦੇ ਹਾਂ ਐਕਚੁਅਲੀ ਵਿੱਚੋਂ ਵਿੱਚੋਂ ਫੈਕਟਸ ਕਦੋਂ ਹੋਰ ਨਿਕਲਦੇ ਨੇ, ਜਦ ਤੱਕ ਬੈਠ ਕੇ ਡਿਸਕਸ ਨਹੀਂ ਹੁੰਦਾ ਵੱਡੇ ਲੈਵਲ 'ਤੇ, ਫਿਰ ਉਹਦੇ 'ਚੋਂ ਉਹਦਾ ਹੱਲ ਨਿਕਲੇਗਾ। ਇਹ ਤਾਂ ਰਿਪ੍ਰਜੈਂਟੇਸ਼ਨ, ਮੈਂ ਕੁਝ ਵੀ ਰਿਪ੍ਰਜੈਂਟੇਸ਼ਨ ਦੇ ਦੇਵਾਂ, ਉਹਦੇ ਵਿੱਚ ਫੈਕਟਸ ਲਿਖਣਾ ਐਕਚੁਅਲੀ ਫੈਕਟਸ ਕੀ ਹੈ, ਉਹ ਤੋਂ ਬਾਅਦ ਕਰਨਾ ਹੋਵੇ। ਭਾਰਤੀ ਜਨਤਾ ਪਾਰਟੀ ਹਰ ਚੀਜ਼ ਨੂੰ ਮਸਲਾ ਵੱਡੇ ਸਤਰ ਤੇ ਹੱਲ ਕਰ ਰਹੀ ਹੈ, ਇਸ ਨੂੰ ਕਿਉਂ ਦੇਰੀ ਹੋ ਰਹੀ ਲਗਾਤਾਰ? ਕਿਸਾਨਾਂ ਦੀ ਮੰਗਾਂ ਕਿਉਂ ਨਹੀਂ ਸੋਲਵ ਕੀਤੇ ਜੇ ਬਾਰਡਰ ਤੇ ਇੱਕਦਮ ਬਾਰਡਰ ਬਣਿਆ ਪਿਆ ਪੂਰੀ ਤਰ੍ਹਾਂ? ਦੇਖੋ, ਸਰਕਾਰ ਹਮੇਸ਼ਾ ਕਹਿੰਦੀ ਗੱਲਬਾਤ ਰਾਹੀਂ ਮਸਲੇ ਹੱਲ ਹੋਣੇ ਆ ਜੀ, ਜਿੰਨਾ MSME ਤੇ ਦੇ ਵਿੱਚ ਜਾਂ ਕਿਸਾਨਾਂ ਲਈ ਜੋ ਸਰਕਾਰ ਨੇ ਕੀਤਾ, ਜੋ ਸਰਕਾਰ ਨੇ ਮਿਨੀਮਮ ਪ੍ਰਾਈਸ ਹਰ ਚੀਜ਼ ਦੀ ਵਧਾਈ ਆ, ਉਹਦੀ ਪੇਮੈਂਟ ਵੀ ਵਧਾਈ ਆ, ਕਿਸਾਨ ਸਨਮਾਨ ਨਿਧੀ ਵੀ ਜਾਂਦੀ ਹੈ, ਹਰ ਚੀਜ਼ ਕੋਸ਼ਿਸ਼ ਕੀਤੀ ਹੈ। ਅਤੇ ਜੇ ਕਿਸਾਨਾਂ ਦੀ, ਮੈਂ ਇਹੀ ਹੈ ਸਰਕਾਰ ਨੂੰ ਅਸੀਂ ਕਹਿੰਦੇ, ਅਸੀਂ ਗੱਲਬਾਤ ਸਰਕਾਰ ਕਰਨ ਲਈ ਹਮੇਸ਼ਾ ਤਿਆਰ ਹੈ, ਬੈਠ ਕੇ ਗੱਲ ਨਿਬੜਨੀ ਹੈ। ਹਰ ਇੱਕ ਚੀਜ਼, ਇੱਕ ਇੱਕ ਆਈਟਮ, ਇਹ ਨਹੀਂ ਹੁੰਦਾ 20 ਚੀਜ਼ਾਂ ਦੀ ਲਿਸਟ ਬਣਾ ਕੇ ਮਿਨੀਮਮ ਬੋਰਡ ਪ੍ਰਾਈਸ ਲੱਗ ਸਕਦਾ। ਕੱਪੜੇ ਤੇ ਬੇਸਿਕ ਤੇ ਕਿਹਾ, ਬਾਕੀ ਤਾਂ ਆਪੇ ਲੱਗ ਜਾਈਏ। ਕਈ ਚੀਜ਼ਾਂ, ਕਿੰਨੇ ਵਪਾਰੀ, ਕਿੰਨੇ ਐਸੋਸੀਏਸ਼ਨ ਬੈਠੀਆਂ ਸੀ, ਸਾਰਿਆਂ ਨੇ ਮੰਗ ਤਾਂ ਇੱਕੋ ਹੀ ਹੈ ਜੀ, ਕੋਈ ਡਾਈ, ਕੋਈ ਡਰਾਰ ਵਾਲਾ ਕਹਿੰਦਾ, ਮੰਗ ਇੱਕੋ ਹੀ ਹੈ। ਯਾਰ, ਮੇਰੀ ਗੱਲ ਸੁਣ ਲਓ, ਤੁਸੀਂ ਐਂ ਨਾ ਕਰੋ, ਹੈ ਜੀ ਇੱਕ ਇੱਕ ਚੀਜ਼ ਫਾਈ ਤਾਂ ਡੀਲ ਹੁੰਦੀ ਹੈ, ਇਹ ਤਾਂ ਲਗਾਉਣਾ ਜਾਂ ਨਹੀਂ ਹੈ, ਇਹਦਾ ਪ੍ਰਾਈਸ ਮਿਨੀਮਮ ਪ੍ਰਾਈਸ ਫਿਕਸ ਕਰਨਾ, ਕਿਉਂ ਫਿਕਸ ਕਰਨਾ? ਇਹਦੇ ਕੇਸ ਕੋਰਟ 'ਚ ਵੀ ਜਾਂਦੇ ਆ, ਲੀਗਲ ਵੀ ਹੁੰਦਾ ਰੇਟ, ਹਰ ਇੱਕ ਚੀਜ਼ ਨੂੰ ਕੰਸਿਡਰ ਕਰਕੇ ਫਿਰ ਉੱਥੇ ਪ੍ਰਾਈਸ ਫਿਕਸ ਹੁੰਦਾ। ਇਟ ਇਜ਼ ਨੋਟ ਸਿੰਪਲ ਵਿਦ 20 ਚੀਜ਼ਾਂ ਮੈਨੂੰ ਦੱਸਿਆ। ਨੈਕਸਟ ਮੀਟਿੰਗ ਕੀ ਰੱਖ ਰਹੇ ਹੋ ਤੁਸੀਂ? ਅਸੀਂ ਡਿਬੇਟੇਬਲ ਲੈ ਕੇ ਆ ਰਹੇ ਇਹਨਾਂ ਨੂੰ, ਕੀ ਗਵਰਨਮੈਂਟ ਦੇ ਨਾਲ ਇਹਨਾਂ ਦੀ ਪਾਲਿਸੀ ਦੇ ਵਿੱਚ ਕੁਝ? ਜਦੋਂ ਵੀ ਆਣਗੇ ਜੀ, ਦੇ ਆਰ ਵੈਲਕਮ ਟੂ ਮੀਟ ਮੀ ਐਨੀ ਟਾਈਮ। ਉਹਦਾ ਟਾਈਮ ਜਦੋਂ ਤੁਸੀਂ ਦੱਸੋਗੇ ਦੱਸ, ਨੈਕਸਟ ਵੀਕ ਦੱਸ, ਨੈਕਸਟ ਵੀਕ ਫਿਕਸ ਕਰਾਂਗੇ। ਫਿਕਸ ਜੀ, ਇੱਕ ਸੈਕਿੰਡ, ਇੱਕ ਜਿਹੜੀ ਸਰਕਾਰ ਨੂੰ ਗੁੰਮਰਾਹ ਕਰ ਰਹੀ ਹਰ ਪਾਸੇ ਜੀ, ਕਿਉਂਕਿ ਤੁਸੀਂ ਮੀਟਿੰਗਾਂ ਕੀਤੀਆਂ, ਹਰ ਮੰਤਰੀ ਮੀਟਿੰਗ ਕਰ ਰਿਹਾ ਜੀ। ਇਹ ਮੋਦੀ ਦੀ ਸਰਕਾਰ ਹੈ, ਕਿਤੇ ਜੋ ਮੋਦੀ ਕੋਈ ਵਿਵਰਾਹ ਨਹੀਂ ਕਰ ਸਕਦਾ ਮੋਦੀ ਸਰਕਾਰ। ਮੰਤਰੀ ਜੀ, ਇੱਕ ਗੱਲ ਦੱਸੋ, ਤੁਸੀਂ ਕਹਿ ਰਹੇ ਹੋ ਕਿ ਤੁਸੀਂ ਇਹ ਕਿਹਾ ਕਿ ਜਿਹੜੇ ਮੰਗਾਂ ਵਾਲੇ ਵੀ ਹੈ ਉਹ ਵੀ ਆਪਣੇ ਇੰਡੀਅਨ ਹੀ ਹੈ, ਤੇ ਜਿਹੜੇ ਉੱਥੇ ਕਲੀਅਰ ਕਰ ਰਹੇ ਅਫਸਰ ਜਾਂ ਜਿਹੜੇ ਮੰਤਰੀ ਕੋਈ ਵੀ ਜਿਨ੍ਹਾਂ ਦੇ ਜਿਹੜੇ ਮੰਤਰੀ ਯਾਰ ਕਲੀਅਰ ਕਰਦਾ ਕੀ ਕਰਦਾ? ਮੰਤਰੀਆਂ ਦੇ ਨੋਟਿਸ ਆ ਸੀ ਗਿਆ, ਉਹਨਾਂ ਨੂੰ ਵੀ ਤਾਂ ਪਤਾ ਹੋਏਗਾ, ਉਹ ਵੀ ਤਾਂ ਇੰਡੀਅਨ ਹੈ। ਸਾਰਾ ਕੁਝ ਠੀਕ ਹੈ, ਥੈਂਕ ਯੂ। ਠੀਕ ਹੈ, 43 ਜਿਹੜਾ ਵਾ ਬੀ ਆ, ਕਿਉਂਕਿ ਉਹਦੇ ਵਿੱਚ ਸਭ ਨੂੰ ਸ਼ਾਮਿਲ